ਦੇਸ਼ ਦੇ 78ਵੇਂ ਆਜ਼ਾਦੀ ਦਿਹਾੜੇ ਦੇ ਮੌਕੇ 'ਤੇ ਅੱਜ ਇਤਿਹਾਸਿਕ ਸ਼ਹਿਰ ਜਲੰਧਰ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਟੇਡੀਅਮ ਦੇ ਵਿੱਚ ਸਾਡੀਆਂ ਪੁਲਿਸ ਦੀਆਂ ਬਟਾਲੀਅਨਸ, ਸਾਡੇ ਬਹੁਤ ਸਾਰੇ ਸਕੂਲਾਂ ਦੇ ਬੱਚੇ ਜਿਹੜੇ ਅੱਜ ਇੱਥੇ ਪਰਫੋਰਮ ਵੀ ਕਰਨਗੇ, ਆਪਣੇ ਆਪਣੇ ਫਨ ਦਾ ਮੁਜ਼ਾਹਰਾ ਕਰਨਗੇ। ਅੱਜ ਇੱਥੇ ਦੇਸ਼ ਦੀਆਂ ਬਹੁਤ ਪ੍ਰਮੁੱਖ ਸ਼ਖਸੀਅਤਾਂ ਵੀ ਮੌਜੂਦ ਨੇ ਜਿਨ੍ਹਾਂ ਨੇ ਵੱਖ ਵੱਖ ਖੇਤਰਾਂ 'ਚ ਦੇਸ਼ ਦਾ ਨਾਮ, ਭਾਵੇਂ ਉਹ ਸਮਾਜਿਕ ਖੇਤਰ 'ਚ ਹੋਵੇ, ਭਾਵੇਂ ਖੇਡਾਂ ਦੇ ਖੇਤਰ 'ਚ ਹੋਵੇ, ਨਾਮ ਪੈਦਾ ਕੀਤਾ, ਸਨਮਾਨਿਤ ਵੀ ਕੀਤਾ ਜਾਊਗਾ ਉਹਨਾਂ ਨੂੰ ਮੈਡਲਾਂ ਦੇ ਨਾਲ। ਔਰ ਜਿੰਨੇ ਵੀ ਇਸ ਵਕਤ ਟੀਵੀ ਰਾਹੀਂ, ਮੀਡੀਆ ਰਾਹੀਂ, ਸੋਸ਼ਲ ਮੀਡੀਆ ਰਾਹੀਂ ਪੂਰੀ ਦੁਨੀਆ ਦੇ ਵਿੱਚ ਇਸ ਸ਼ਾਨਦਾਰ ਪ੍ਰੋਗਰਾਮ ਨੂੰ ਦੇਖ ਰਹੇ ਨੇ, ਮੈਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੀ ਬੁਲਾਉਂਦਾ। ਨਮਸਕਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, 78 ਸਾਲ ਹੋ ਗਏ ਯਾਦ ਹੋਇਆਂ ਨੂੰ, ਔਰ ਆਜ਼ਾਦੀ ਜਿਹੜੀ ਹੈ ਉਹ ਪੰਜਾਬੀਆਂ ਲਈ ਇੱਕ ਖਾਸ ਮਾਇਨੇ ਰੱਖਦੀ ਹੈ। 80% ਕੁਰਬਾਨੀਆਂ ਆਜ਼ਾਦੀ ਲੈਣ ਵਾਸਤੇ ਪੰਜਾਬੀਆਂ ਦੀਆਂ ਨੇ, ਭਾਵੇਂ ਉਹ ਕੂਕਾ ਲਹਿਰ ਹੋਵੇ, ਗਦਰੀ ਬਾਬਿਆਂ ਦਾ ਕਾਮਾ ਗਾਟਾ ਮਾਰੂ ਮੁਹਿੰਮ ਹੋਵੇ, ਭਾਵੇਂ ਬੱਬਰ ਅਕਾਲੀ ਲਹਿਰ ਹੋਵੇ, ਭਾਵੇਂ ਕੋਈ ਕਿਸੇ ਵੀ ਕਿਸਮ ਦਾ ਕੋਈ ਲਹਿਰ ਚੱਲੀ ਹੋਵੇ, ਹੋ ਨਹੀਂ ਸਕਦਾ ਕਿ ਉਸ ਲਹਿਰ ਦੇ ਵਿੱਚ ਪੰਜਾਬੀ ਮੋਢੀ ਹੋ ਕੇ ਹਿੱਸਾ ਨਾ ਲੈਣ। ਅੱਜ ਸ਼ਹੀਦ ਆਜ਼ਮ ਭਗਤ ਸਿੰਘ, ਰਾਜਗੁਰੂ ਸੁਖਦੇਵ, ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ, ਮਦਨ ਲਾਲ ਟੀਂਗਰਾ ਜੀ, ਦੀਵਾਨ ਸਿੰਘ ਕਾਲੇ ਪਾਣੀ, ਕਿੰਨਿਆਂ ਕੁ ਦੇ ਨਾਮ ਲਈਏ ਜਿਨ੍ਹਾਂ ਨੇ ਆਪਣੀਆਂ ਜਾਨਾਂ ਵਾਰੀਆਂ ਦੇਸ਼ ਵਾਸਤੇ। ਤਾਂ ਇਹ ਅੱਜ ਦਾ ਦਿਨ ਆਇਆ, ਇਹ ਅੱਜ ਦਾ ਦਿਨ ਕੋਈ ਸਸਤਾ ਨਹੀਂ ਮਿਲਿਆ, ਬਹੁਤ ਮਹਿੰਗੀਆਂ ਕੀਮਤਾਂ ਚੁਕਾਉਣੀਆਂ ਪਈਆਂ। ਪਹਿਲਾਂ ਤਾਂ ਸ਼ਹੀਦਾਂ ਦੇ ਰੂਪ 'ਚ ਸਾਨੂੰ ਹੀਰੇ ਗਵਾਉਣੇ ਪਏ, ਅਤੇ ਉਸ ਤੋਂ ਬਾਅਦ ਅੱਜ ਦੇ ਦਿਨ ਜਦੋਂ ਪੂਰਾ ਦੇਸ਼ ਆਜ਼ਾਦੀ ਦੇ ਜਸ਼ਨ ਮਨਾ ਰਿਹਾ ਸੀ, ਤਾਂ ਅਸੀਂ ਇੱਕ ਬਹੁਤ ਖੂਨੀ ਵੰਡ ਦਾ ਸੰਤਾਪ ਹੰਡਾ ਰਹੇ ਸੀ। ਆ ਦੋਨੇ ਪੰਜਾਬਾਂ 'ਚ ਜਿਹੜੀ ਲਕੀਰ ਖਿੱਚੀ ਗਈ, ਜੋ ਖੂਨ ਖਰਾਬਾ ਹੋਇਆ, 10 ਲੱਖ ਦੇ ਨਜ਼ਦੀਕ ਨੇੜੇ ਤੇੜੇ ਕਿਹਾ ਜਾਂਦਾ ਹੈ ਕਿ 10 ਲੱਖ ਦੇ ਦੀ ਗਿਣਤੀ ਦੇ ਨੇੜੇ ਤੇੜੇ ਕਤਲੇਆਮ ਹੋ ਗਿਆ।
ਉਹ ਕੌਣ ਸੀ? ਉਹ ਸਾਡੀ ਨਾਨੇ ਨਾਨੀਆਂ ਸੀ, ਸਾਡੀ ਦਾਦੇ ਦਾਦੀਆਂ ਸੀ। ਸਾਨੂੰ ਆਜ਼ਾਦੀ ਬਹੁਤ ਮਹਿੰਗੀ ਪੈ ਗਈ, ਪਰ ਫਿਰ ਵੀ ਪੰਜਾਬੀਆਂ ਨੇ ਉਸ ਜ਼ਖਮ ਨੂੰ ਭਰ ਕੇ ਇਸ ਦੇਸ਼ ਵਾਸਤੇ ਜੋ ਯੋਗਦਾਨ ਪਾਇਆ ਉਹਦੀ ਫਿਰ ਕਿਤੇ ਮਿਸਾਲ ਨਹੀਂ ਮਿਲਦੀ। ਦੇਸ਼ ਅਮਰੀਕਾ ਤੋਂ ਕਣਕ ਮੰਗਾਉਂਦਾ ਸੀ, ਅਮਰੀਕਾ ਵਾਲੇ ਬਚੀ ਖੁਚੀ ਕਣਕ ਦਿੰਦੇ ਸੀ, ਖਰਾਬ ਜੀ ਹੋਈ ਕਣਕ ਦੇ ਦਿੰਦੇ ਸੀ ਸਾਨੂੰ। ਤਾਂ ਫਿਰ ਹਰੇ ਇਨਕਲਾਬ ਦੀ ਲੋੜ ਪਈ, ਅਨਾਜ ਦੇ ਭੰਡਾਰਾਂ ਨੂੰ ਭਰਨ ਦੀ ਲੋੜ ਪਈ, ਤਾਂ ਪੰਜਾਬ ਦਾ ਕਿਸਾਨ ਉੱਠਿਆ। ਪੰਜਾਬ ਦਾ ਕਿਸਾਨ ਉੱਠਿਆ, ਉਹਨੇ ਧਰਤੀ ਦੀ ਹਿੱਕ ਚੀਰੀ ਹਲ ਨਾਲ, ਧਰਤੀ ਦੀ ਹਿੱਕ ਚੀਰ ਕੇ ਸੋਨਾ ਗਾਇਆ। ਦੇਸ਼ ਦੇ ਅਨਾਜ ਦੇ ਭੰਡਾਰ ਛੋਟੇ ਪੈ ਗਏ। ਅੱਜ ਉਹਨਾਂ ਮੁਲਕਾਂ ਨੂੰ ਅਸੀਂ ਉਹ ਸਬਜ਼ੀਆਂ, ਉਹ ਦਾਲਾਂ, ਉਹ ਜੋ ਵੀ ਅਨਾਜ ਪੈਦਾ ਕਰਦੇ ਹਾਂ ਉਹਨਾਂ ਨੂੰ ਅਸੀਂ ਉੱਧਰ ਨੂੰ ਇੰਪੋਰਟ ਕਰਦੇ ਹਾਂ, ਐਕਸਪੋਰਟ ਕਰਦੇ ਹਾਂ। ਇਹ ਪੰਜਾਬ ਦੇ ਕਿਸਾਨ ਦੀ ਜੋ ਹਰੀ ਕ੍ਰਾਂਤੀ ਸੀ, ਮੈਂ ਫਿਰ ਕਹਿਣਾ ਹਰੀ ਕ੍ਰਾਂਤੀ ਬਹੁਤ ਮਹਿੰਗੀ ਪੈ ਗਈ, ਉਹਦਾ ਹੁਣ ਮੁੱਲ ਪਤਾ ਲੱਗਣ ਲੱਗਿਆ। ਸਾਡੀ ਧਰਤੀ 'ਚੋਂ ਪਾਣੀ ਖਤਮ ਹੋ ਗਿਆ, 600-600 ਫੁੱਟ 'ਤੇ ਪਾਣੀ ਚਲਾ ਗਿਆ ਥੱਲੇ। ਪੰਜ ਆਬ ਪੰਜਾਬ ਨਾਮ ਸੂਬੇ ਦਾ ਪਾਣੀਆਂ 'ਤੇ ਹੈ, ਪਰ ਪਾਣੀ ਵਾਲੇ ਪਾਸੇ ਸੰਕਟ 'ਚਾਂ, ਧਰਤੀ ਦੇ ਥੱਲੇ ਵਾਲਾ ਪਾਣੀ ਵੀ, ਉੱਪਰ ਦਰਿਆਵਾਂ ਵਾਲਾ ਪਾਣੀ ਵੀ ਅਤੇ ਪੀਣ ਵਾਲਾ ਪਾਣੀ ਵੀ। ਸੋ ਇਹਦੇ 'ਚੋਂ ਨਿਕਲਣਾ ਪਊਗਾ, ਇੱਕ ਮੁਹਿੰਮ, ਇੱਕ ਲਹਿਰ ਹੁਣ ਪਾਣੀ ਵਾਸਤੇ ਵੀ ਚਲਾਉਣੀ ਪਊਗੀ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਦੋਂ ਦੇ ਆਏ ਹਾਂ ਇਸ ਮੁਹਿੰਮ 'ਤੇ ਕੰਮ ਕਰਨਾ ਸ਼ੁਰੂ ਕੀਤਾ ਹੈ। ਪੁਰਾਣੀਆਂ ਨਹਿਰਾਂ, ਪੁਰਾਣੇ ਰਜਵਾਹੇ, ਕੱਸੀਆਂ, ਸੂਏ, ਉਹਨਾਂ ਨੂੰ ਰਿਵਾਈਵ ਕੀਤਾ, ਪਾਣੀ ਉਹਨਾਂ 'ਚ ਆਉਣ ਲੱਗਿਆ, ਪਾਈਪਾਂ ਪਾਈਆਂ ਨਵੀਆਂ ਤਾਂ ਕਿ ਨਹਿਰਾਂ ਦਾ ਪਾਣੀ ਖੇਤਾਂ ਤੱਕ ਜਾਵੇ, ਧਰਤੀ 'ਚੋਂ ਘੱਟ ਤੋਂ ਘੱਟ ਪਾਣੀ ਕੱਢੀਏ ਤਾਂ ਕਿ ਉਹ ਪਾਣੀ ਦਾ ਪੱਧਰ ਉੱਚਾ ਆ ਜਾਵੇ। 16 ਮਾਰਚ 2022 ਨੂੰ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿਖੇ ਸਹੁੰ ਚੁੱਕੀ ਸੀ। ਪਹਿਲੀ ਗੱਲ ਤਾਂ ਇਹ ਵੀ ਇੱਕ ਬਹੁਤ ਨਵੇਕਲੀ ਗੱਲ ਸੀ, ਬੜੀਆਂ ਲੋਕਾਂ ਦੀਆਂ ਮੈਨੂੰ ਵਧਾਈਆਂ ਵੀ ਆਈਆਂ ਕਿ ਆਮ ਤੌਰ 'ਤੇ ਮੁੱਖ ਮੰਤਰੀ ਸਹੁੰ ਚੁੱਕਦੇ ਆ ਰਾਜ ਭਵਨਾਂ 'ਚ ਜਾਂ ਖੇਡ ਸਟੇਡੀਅਮਾਂ 'ਚ, ਪਰ ਪਹਿਲੀ ਵਾਰ ਹੋਇਆ ਕਿਸੇ ਸ਼ਹੀਦ ਦੇ ਪਿੰਡ ਜਾ ਕੇ ਸਹੁੰ ਚੁੱਕੀ ਹੈ। ਉਹਦੇ ਨਾਲ ਕੀ ਹੁੰਦਾ, ਉਹਦੇ ਨਾਲ ਸਾਡੀ ਜ਼ਿੰਮੇਵਾਰੀ ਵੀ ਸਾਨੂੰ ਅਹਿਸਾਸ ਰਹਿੰਦਾ ਕਿ ਉੱਥੇ ਜਾ ਕੇ ਸਹੁੰ ਚੁੱਕੀ ਸੀ। ਸਾਡੇ ਗਵਾਹ ਜਿਹੜੇ ਨੇ ਉਹ ਸ਼ਹੀਦ ਨੇ ਜਿਨ੍ਹਾਂ ਨੇ 23-23 ਸਾਲ ਦੀ ਉਮਰ 'ਚ ਫਾਂਸੀ ਦੇ ਰੱਸੇ ਚੁੰਮੇ। ਦੋਸਤੋ, ਮਾਲਵਾ ਨਹਿਰ ਇੱਕ ਬਹੁਤ ਵੱਡਾ ਪ੍ਰੋਜੈਕਟ ਬਣਾਇਆ, ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਨਹਿਰ ਨਿਕਲ ਰਹੀ ਹੈ ਦੇਸ਼ 'ਚ। 78ਵਾਂ ਦਿਵਸ ਮਨਾ ਰਹੇ ਹਾਂ ਆਪਾਂ, 78ਵਾਂ ਆਜ਼ਾਦੀ ਦਾ ਦਿਵਸ ਮਨਾ ਰਹੇ ਹਾਂ। ਹਜੇ ਤੱਕ ਸੀਵਰੇਜ ਦੇ ਢੱਕਣ ਪੂਰੇ ਨਹੀਂ ਹੋਏ, ਹਜੇ ਤੱਕ ਛੱਪੜਾਂ ਦੀਆਂ ਮੁਸ਼ਕਲਾਂ ਹੱਲ ਨਹੀਂ ਹੋਈਆਂ ਪਿੰਡਾਂ ਦੀਆਂ, ਹਜੇ ਤੱਕ ਉਹੀ ਲਾਈਟ, ਉਹੀ ਕੂੜੇ ਦੇ ਢੇਰ, ਸਭ ਕੁਛ ਇਹ ਮੁਹਿੰਮ ਦੇ ਰੂਪ 'ਚ ਕਰਨਾ ਪਊਗਾ। ਇਕੱਲਾ ਸਰਕਾਰ 'ਤੇ ਨਹੀਂ ਛੱਡ ਸਕਦੇ, ਆਪਾਂ ਨੂੰ ਸਾਰਿਆਂ ਨੂੰ ਨਾਲ ਲੱਗਣਾ ਪਊਗਾ। ਮਾਲਵਾ ਨਹਿਰ ਜਿਹੜੀ ਕਿ ਹਰੀ ਕੇ ਪੱਤਣ ਤੋਂ ਨਿਕਲੂਗੀ ਅਤੇ ਜਿਹੜੀ ਗੰਗ ਕਨਾਲ ਹੈ ਰਾਜਸਥਾਨ ਨੂੰ ਜਾਂਦੀ ਹੈ ਉਹਦੇ ਨਾਲ ਨਾਲ ਜਾਊਗੀ ਰਾਜਸਥਾਨ ਦੇ ਬਾਰਡਰ ਤੱਕ। 149 ਕਿਲੋਮੀਟਰ ਨਹਿਰ ਹੈ, 12.5 ਫੁੱਟ ਡੂੰਘਾਈ ਹੈ, 50 ਫੁੱਟ ਉੱਪਰੋਂ ਚੜ੍ਹਾਈ ਹੈ, 521 ਮੋਗੇ ਨੇ,
2 ਲੱਖ ਏਕੜ ਜ਼ਮੀਨ ਨੂੰ ਉਹ ਨਹਿਰ ਲਾਈਫ ਲਾਈਨ ਬਣ ਕੇ ਉੱਥੇ ਪਾਣੀ ਭੇਜੂਗੀ, ਲਾਈਫ ਲਾਈਨ ਬਣੂਗੀ ਮਾਲਵੇ ਦੀ, ਉਹ ਜੋ ਇਲਾਕਾ ਗਿੱਦੜਵਾਹੇ ਦਾ, ਸਾਰਾ ਜਿਹੜਾ ਮੁਕਤਸਰ ਦਾ, ਫਰੀਦਕੋਟ ਦਾ, ਅੱਗੇ ਲੰਬੀ ਦਾ, ਅੱਗੇ ਜਿਹੜਾ ਰਾਜਸਥਾਨ ਦਾ ਬਾਰਡਰ ਹੈ ਉੱਥੇ ਜਾ ਕੇ 206 ਮੈਗਾਵਾਟ ਦਾ ਇੱਕ ਡੈਮ ਬਣਾ ਰਹੇ ਹਾਂ। ਧਾਰ ਕਲਾਂ ਅਕਤੂਬਰ 'ਚ ਤਿਆਰ ਹੋ ਜੂਗਾ। ਰਾਵੀ ਦਾ ਪਾਣੀ ਰੋਕਿਆ ਜਿਹੜਾ ਪਹਿਲਾਂ ਉੱਜ ਦਰਿਆ ਚਲਾ ਜਾਂਦਾ ਸੀ, ਉੱਜ 'ਚੋਂ ਪਾਕਿਸਤਾਨ ਚਲਾ ਜਾਂਦਾ ਸੀ, ਪਰ ਪਾਣੀ 'ਤੇ ਹੱਕ ਸਾਡਾ, ਅਸੀਂ ਉਸ ਰਾਵੀ ਦੇ ਦਰਿਆ ਨੂੰ ਰੋਕ ਕੇ 206 ਮੈਗਾਵਾਟ ਦਾ ਇੱਕ ਡੈਮ ਬਣਾ ਰਹੇ ਹਾਂ। ਉਹ ਡੈਮ ਨਾਲ ਬਿਜਲੀ ਤਾਂ ਪੈਦਾ ਹੋਊਗੀ, ਉਹਦੇ ਨਾਲ ਦੁਆਬ ਬਿਸਤ ਨਹਿਰ ਜਿਹੜੀ ਹੈ, ਜਿਹੜੀ ਸਾਰੇ ਦੁਆਬੇ ਦੀ ਲਾਈਫ ਲਾਈਨ ਹੈ, ਉਹ 24 ਘੰਟੇ 12 ਮਹੀਨੇ 30 ਦਿਨ ਚੱਲੂਗੀ। ਇਹ ਵੀ ਸਾਡਾ ਪਲਾਨ ਅਗਲੇ ਆਉਣ ਵਾਲੇ ਅਕਤੂਬਰ 'ਚ ਹੋ ਜੂਗਾ। ਦੋਸਤੋ, ਸ਼ਹੀਦਾਂ ਨੇ ਜਿਹੜੇ ਸੁਪਨੇ ਲਏ ਸੀ, ਉਹਨਾਂ ਸੁਪਨਿਆਂ ਨੂੰ ਪੂਰਾ ਕਰਨਾ ਆਪਣਾ ਫਰਜ਼ ਬਣਦਾ। ਅਸੀਂ ਕੋਸ਼ਿਸ਼ ਕਰਦੇ ਰਹਿੰਦੇ ਹਾਂ, ਕੋਈ ਪ੍ਰੋਜੈਕਟ ਹੋਵੇ, ਕੋਈ ਵੱਡਾ ਕੋਈ ਬਿਲਡਿੰਗ ਹੋਵੇ, ਉਦਘਾਟਨ ਕਰਨਾ ਹੋਵੇ, ਉਹਨਾਂ ਦਾ ਉਹਦਾ ਨਾਮ ਸ਼ਹੀਦਾਂ ਦੇ ਨਾਂ 'ਤੇ ਰੱਖੀਏ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣ। ਮੋਹਾਲੀ ਇੰਟਰਨੈਸ਼ਨਲ ਏਅਰਪੋਰਟ ਦਾ ਨਾਮ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਰੱਖਿਆ ਗਿਆ ਹੈ। 28 ਸਤੰਬਰ ਨੂੰ 35 ਫੁੱਟ ਉੱਚਾ ਸ਼ਹੀਦ ਭਗਤ ਸਿੰਘ ਦਾ ਬਹੁਤ ਵੱਡਾ ਬੁੱਤ ਜਿਹੜਾ ਹੈ, ਉਹਦੀ ਇਨਾਗੁਰੇਸ਼ਨ ਹੋ ਜੂਗੀ। 28 ਸਤੰਬਰ ਨੂੰ ਸ਼ਹੀਦ ਆਜ਼ਮ ਭਗਤ ਸਿੰਘ ਦਾ ਜਨਮ ਦਿਨ ਹੈ। ਇੱਕ ਏਅਰਪੋਰਟ ਹਲਵਾਰੇ, ਉਹਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ, ਕਿਉਂਕਿ ਉਹਨਾਂ ਦੇ ਪਿੰਡ ਨੇ, ਉਹ ਹਲਵਾਰੇ ਵਾਲੇ ਪਿੰਡ ਜਿਹੜੇ ਨੇ, ਔਰ ਉਹਨਾਂ ਦੇ ਨਾਂ 'ਤੇ ਰੱਖਣ ਦੀ ਤਜਵੀਜ਼ ਅਸੀਂ ਕੇਂਦਰ ਨੂੰ ਭੇਜੀ ਹੈ। ਔਰ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਨਾਂ 'ਤੇ ਏਅਰਪੋਰਟ ਹੋਣਾ ਚਾਹੀਦਾ। ਉਹਦਾ ਇੱਕ ਕਾਰਨ ਹੈ ਕਿ ਉਸ ਵੇਲੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਉਸ ਜ਼ਮਾਨੇ 'ਚ ਕੈਲੀਫੋਰਨੀਆ ਦੀ ਬਰਕਲੇ ਯੂਨੀਵਰਸਿਟੀ 'ਚ ਪਾਇਲਟ ਦਾ ਕੋਰਸ ਕਰਨ ਗਏ ਸੀ। ਉਸ ਵੇਲੇ ਪਾਇਲਟ ਬਣਨ ਗਏ ਸੀ, ਜਦੋਂ ਫਿਰ ਗਦਰੀ ਬਾਬਿਆਂ ਨਾਲ ਮੇਲ ਹੋ ਗਿਆ ਅਤੇ ਫਿਰ ਆਜ਼ਾਦੀ ਦੇ ਸੰਘਰਸ਼ 'ਚ ਕੁੱਦ ਪਏ। 19 ਸਾਲ ਦੀ ਉਮਰ 'ਚ ਫਾਂਸੀ ਹੋ ਗਈ ਅਤੇ ਸ਼ਹੀਦ ਆਜ਼ਮ ਭਗਤ ਸਿੰਘ ਹਰ ਵਕਤ ਉਹਨਾਂ ਦੀ ਫੋਟੋ, ਕਰਤਾਰ ਸਿੰਘ ਸਰਾਭੇ ਦੀ ਫੋਟੋ ਆਪਣੀ ਜੇਬ 'ਚ ਅਤੇ ਫੋਟੋ ਦੇ ਪਿੱਛੇ ਲਿਖੀਆਂ ਹੋਈਆਂ ਉਹ ਲਾਈਨਾਂ ਕਿ ਸੇਵਾ ਦੇਸ਼ ਦੀ ਜ਼ਿੰਦੜੀ ਹੈ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ, ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ, ਉਹ ਲਿਖਿਆ ਹੁੰਦਾ ਸੀ। ਸੋ ਉਹਨਾਂ ਸ਼ਹੀਦਾਂ ਦੀ ਆਤਮਾ ਨੂੰ ਆਪਾਂ ਸਕੂਨ ਤਾਂ ਦੇ ਸਕਦੇ ਹਾਂ ਜੇ ਉਹਨਾਂ ਨੂੰ ਯਾਦ ਰੱਖਾਂਗੇ, ਉਹਨਾਂ ਦੇ ਦਿਨ ਮਨਾਵਾਂਗੇ। ਇਹ ਨਹੀਂ ਹੈਗਾ ਇਕੱਲੇ ਦਿਨ ਵਾਲੇ ਦਿਨ ਹੀ ਜਾਣਾ, ਉਹਨਾਂ ਦੇ ਪਰਿਵਾਰਾਂ ਦੀ ਸਿਆਵ ਸੰਭਾਲ ਕਰਾਂਗੇ, ਉਹਨਾਂ ਦੀਆਂ ਯਾਦਾਂ ਨੂੰ ਰੱਖਾਂਗੇ। ਇਹ ਸਾਡੇ ਪਰਵਾਨੇ ਜਿਹੜੇ ਆਜ਼ਾਦੀ ਦੇ ਨੇ, ਇਹ ਉਹਨਾਂ ਕਰਕੇ ਆ ਦਿਨ ਆਏ ਨੇ। ਅੱਜ ਆਜ਼ਾਦੀ ਤੋਂ ਬਾਅਦ ਹੁਣ ਤਰੱਕੀ ਕਰਨੀ ਹੈ ਤਾਂ ਪੰਜਾਬ ਸਕੋਪ ਬਹੁਤ ਹੈ। ਅਸੀਂ ਪੰਜਾਬ ਦੇ ਵਿੱਚ ਬਿਜਲੀ ਵਾਸਤੇ ਕੰਮ ਕਰਨਾ ਸ਼ੁਰੂ ਕੀਤਾ। ਆਮ ਤੌਰ 'ਤੇ ਕੀ ਹੁੰਦਾ, ਸਰਕਾਰਾਂ ਆਉਂਦੀਆਂ ਨੇ, ਉਹ ਸਰਕਾਰੀ ਅਦਾਰਿਆਂ ਨੂੰ ਘਾਟੇ 'ਚ ਦਿਖਾ ਕੇ ਆਪਣੇ ਦੋਸਤਾਂ ਮਿੱਤਰਾਂ ਨੂੰ, ਆਪਣੇ ਨਜ਼ਦੀਕੀਆਂ ਨੂੰ ਵੇਚ ਦਿੰਦੇ ਆ ਵੀ ਸਾਥੋਂ ਨਹੀਂ ਚੱਲਦਾ ਤੂੰ ਚਲਾ ਲਾ, ਚਾਹੇ ਉਹ ਰੈਸਟ ਹਾਊਸ ਹੋਣ, ਚਾਹੇ ਉਹ ਕੋਈ ਹੋਰ ਸਰਕਾਰੀ ਅਦਾਰੇ ਹੋਣ। ਪਰ ਪੰਜਾਬ ਦੀ ਸਰਕਾਰ ਨੇ ਉਲਟੀ ਗੰਗਾ ਵਹਾਈ ਹੈ। ਪਹਿਲੀ ਵਾਰ ਹੋਇਆ ਦੇਸ਼ 'ਚ ਕਿ ਪੰਜਾਬ ਸਰਕਾਰ ਨੇ ਪ੍ਰਾਈਵੇਟ ਥਰਮਲ ਪਲਾਂਟ, ਜੋ ਉਹਨਾਂ ਤੋਂ ਨਹੀਂ ਚੱਲਦਾ ਸੀ,
ਜੀਵੀਕੇ ਥਰਮਲ ਪਲਾਂਟ, ਗੋਇੰਦਵਾਲ ਸਾਹਿਬ, ਪੰਜਾਬ ਸਰਕਾਰ ਨੇ ਪ੍ਰਾਈਵੇਟ ਤੋਂ ਖਰੀਦ ਲਿਆ ਕਿ ਤੁਹਾਡੇ ਤੋਂ ਨਹੀਂ ਚੱਲਦਾ, ਅਸੀਂ ਸਰਕਾਰ ਚਲਾ ਕੇ ਦਿਖਾਊਗੀ, ਸਾਡੇ ਕੋਲ ਕੋਲਾ ਹੈਗਾ, ਅਸੀਂ ਪਛਵਾੜਾ ਕੋਲ ਮਾਈਨ ਚਲਾ ਲਈ ਆਪਣੀ, ਤਾਂ ਸਾਡੇ ਕੋਲ ਕੋਲੇ ਦੀ ਕੋਈ ਕਮੀ ਨਹੀਂ, ਅਤੇ ਆਪਣੇ ਕੋਲ ਹੁਣ 3 ਥਰਮਲ ਪਲਾਂਟ ਹੋ ਗਏ, 5 ਚੋਂ 3 ਹੋ ਗਏ ਹੁਣ ਸਰਕਾਰੀ, 2 ਪ੍ਰਾਈਵੇਟ ਨੇ। ਉਹਨਾਂ ਨੂੰ ਵੀ ਕਿਹਾ ਹੋਇਆ ਜੇ ਕਦੇ ਮੂਡ ਬਣੇ ਦੱਸਿਓ, ਕਿਉਂਕਿ ਬਿਜਲੀ ਜਿਹੜੀ ਹੈ ਜਾਂ ਜਿਹੜੀ ਰੀਨਿਊਅਲ ਐਨਰਜੀ ਹੈ ਉਹ ਫਿਊਚਰ ਹੈ। ਹੁਣ ਅਸੀਂ ਦਿਨੇ ਸੋਲਰ ਦੀ ਬਿਜਲੀ ਵਰਤਦੇ ਹਾਂ, ਰਾਤ ਨੂੰ ਅਸੀਂ ਬਿਜਲੀ ਵੇਚਦੇ ਵੀ ਹਾਂ, ਮੁੰਬਈ ਨੂੰ, ਹੈਦਰਾਬਾਦ ਨੂੰ, ਪੂਨੇ ਨੂੰ, ਅਸੀਂ ਨੈਸ਼ਨਲ ਐਕਸਚੇਂਜ ਦੇ ਵਿੱਚ ਬਿਜਲੀ ਵੇਚਦੇ ਹਾਂ। ਔਰ ਪਿਛਲੇ 5-7 ਮਹੀਨਿਆਂ 'ਚ ਅਸੀਂ 300 ਕਰੋੜ ਤੋਂ ਵੱਧ ਦੀ ਬਿਜਲੀ ਵੇਚ ਚੁੱਕੇ ਹਾਂ, ਤਾਂ ਕਿ ਬਿਜਲੀ ਬੋਰਡ ਨੂੰ ਘਾਟਾ ਨਾ ਕੋਈ ਪਵੇ। ਸੋ ਇਹ ਸਕੀਮਾਂ ਜਿਹੜੀਆਂ ਨੇ ਇਸ ਤਰ੍ਹਾਂ ਨੇ, ਪੈਸਾ ਵੀ ਆਵੇ ਖਜ਼ਾਨੇ 'ਚ, ਅਤੇ ਖਜ਼ਾਨੇ 'ਚੋਂ ਪੈਸਾ ਲੋਕਾਂ ਵੱਲ ਨੂੰ ਜਾਵੇ, ਭਾਵੇਂ ਉਹ ਫ੍ਰੀ ਬਿਜਲੀ, 90% ਲੋਕਾਂ ਨੂੰ ਬਿਜਲੀ ਦੇ ਬਿੱਲ ਫ੍ਰੀ ਆਉਂਦੇ ਨੇ, ਭਾਵੇਂ ਉਹ ਸਕੂਲ ਦੀ ਐਜੂਕੇਸ਼ਨ। ਮੈਂ ਗੱਲ ਕਰਨ ਲੱਗਿਆ, ਬੱਚੇ ਬੈਠੇ ਪਿਆਰੇ ਪਿਆਰੇ, ਇਹ ਦੇਸ਼ ਦਾ ਫਿਊਚਰ ਨੇ, ਇਹਨਾਂ ਦੇ ਮਨ ਜਿਹੜੇ ਨੇ ਉਹ ਕੋਰੇ ਕਾਗਜ਼ ਵਰਗੇ ਨੇ, ਜੋ ਮਰਜ਼ੀ ਲਿਖ ਦਿਓ। ਸੋ ਇਹਨਾਂ ਨੂੰ ਜੇ ਹੁਣੇ ਹੀ ਆਪਾਂ ਕੁਆਲਿਟੀ ਐਜੂਕੇਸ਼ਨ ਦੇ ਦਈਏ, ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ, ਇਹ ਜ਼ਿੰਦਗੀ 'ਚ ਫੇਲ ਹੋ ਜਾਣੇ, ਵੱਡੇ ਵੱਡੇ ਅਫਸਰ ਬਣ ਕੇ ਇਹ ਵੱਡੀਆਂ ਵੱਡੀਆਂ ਪੋਸਟਾਂ 'ਤੇ ਜਾ ਕੇ ਆਪਣੇ ਘਰ ਦੀ ਗਰੀਬੀ ਵੀ ਚੱਕਣਗੇ, ਆਪਣਾ ਨਾਮ ਵੀ ਰੋਸ਼ਨ ਕਰਨਗੇ, ਆਪਣੇ ਦੇਸ਼ ਦਾ ਵੀ ਨਾਮ ਰੋਸ਼ਨ ਕਰਨਗੇ। ਇਸ ਗੱਲ ਦੀ ਵਧਾਈ ਦਿੰਦਾ ਮੈਂ ਇਹ ਬੱਚਿਆਂ ਦਾ। ਆ ਹੁਣ ਆਪਣੇ ਜਿਹੜੇ ਸਕੂਲ ਆਫ ਐਮੀਨੈਂਸ ਨੇ ਉਹ ਨਵੇਂ ਖੁੱਲ੍ਹ ਰਹੇ ਨੇ, ਐਡਮਿਸ਼ਨਾਂ ਬਹੁਤ ਤੇਜ਼ੀ ਨਾਲ ਪ੍ਰਾਈਵੇਟ ਸਕੂਲਾਂ 'ਚੋਂ ਹਟਾ ਕੇ ਲੋਕ ਸਰਕਾਰੀ ਵੱਲ ਨੂੰ ਆ ਰਹੇ ਨੇ, ਇਹ ਬਹੁਤ ਵੱਡੀ ਪ੍ਰਾਪਤੀ ਹੈ। ਮੁਹੱਲਾ ਕਲੀਨਿਕ 28 ਹੋਰ ਤਿਆਰ ਨੇ ਆਉਣ ਵਾਲੇ ਦਿਨਾਂ 'ਚ, 829 ਹੋ ਚੁੱਕੇ ਨੇ ਹੁਣ ਤੱਕ। ਲਗਭਗ 2 ਕਰੋੜ ਬੰਦਾ, 3.25 ਕਰੋੜ ਦੀ ਆਬਾਦੀ 'ਚੋਂ 2 ਕਰੋੜ ਬੰਦਾ ਮੁਹੱਲਾ ਕਲੀਨਿਕਾਂ 'ਚ ਆ ਕੇ ਇਲਾਜ ਕਰਾ ਚੁੱਕੇ ਨੇ, ਜਾਂ ਫਿਰ ਉੱਥੋਂ ਦਵਾਈ ਲੈ ਕੇ ਠੀਕ ਹੋ ਚੁੱਕੇ ਨੇ। ਇਹ ਬਹੁਤ ਵੱਡੀ ਗੱਲ ਹੈ ਕਿ ਲੋਕਾਂ ਨੂੰ ਉਹਨਾਂ ਦੇ ਘਰ ਦੇ ਸੱਜੇ ਜਾਂ ਖੱਬੇ 100 ਮੀਟਰ 'ਤੇ 50 ਮੀਟਰ 'ਤੇ ਇਲਾਜ ਮਿਲ ਜਾਂਦਾ, ਨਹੀਂ ਤਾਂ ਵੱਡੇ ਹਸਪਤਾਲ ਜਾਣਾ ਪੈਂਦਾ ਸੀ, ਲਾਈਨਾਂ 'ਚ ਲੱਗਣਾ ਪੈਂਦਾ ਸੀ, ਉਹ ਖਤਮ ਹੋ ਗਿਆ। ਸਰਕਾਰ ਤੁਹਾਡੇ ਦੁਆਰ, ਮੈਂ ਵਾਅਦਾ ਕੀਤਾ ਸੀ ਅਰਵਿੰਦ ਕੇਜਰੀਵਾਲ ਜੀ ਜਦੋਂ ਆਏ ਸੀ, ਅਸੀਂ ਗਰੰਟੀਆਂ ਦਿੰਦੇ ਸੀ ਕਿ ਸਰਕਾਰ ਪਿੰਡਾਂ ਸ਼ਹਿਰਾਂ ਕਸਬਿਆਂ 'ਚੋਂ ਚੱਲਿਆ ਕਰੂਗੀ, ਅਫਸਰ ਤੁਹਾਡੇ ਕੋਲ ਆਇਆ ਕਰਨਗੇ, ਉਹ ਸੁਪਨਾ ਸਾਕਾਰ ਹੋ ਗਿਆ। ਤਹਿਸੀਲਦਾਰਾਂ ਨੂੰ, ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਹੋਏ ਨੇ ਕਿ ਹਫ਼ਤੇ 'ਚ 2 ਦਿਨ ਵੱਡੇ ਪਿੰਡ ਜਾ ਕੇ ਅਨਾਊਂਸਮੈਂਟ ਕਰਕੇ ਆਲੇ ਦੁਆਲੇ 4 ਪਿੰਡਾਂ ਨੂੰ ਹੋਰ ਬੁਲਾ ਕੇ ਪਿੱਪਲਾਂ ਥੱਲੇ ਬਹਿ ਕੇ, ਬੋਰਡਾਂ ਥੱਲੇ ਬਹਿ ਕੇ ਰਜਿਸਟਰੀਆਂ ਕਰੋ, ਪ੍ਰਮਾਣ ਪੱਤਰ ਬਣਾਓ, ਜਿਹੜੇ ਸਰਟੀਫਿਕੇਟ ਚਾਹੀਦੇ ਲੋਕਾਂ ਦੇ ਕੰਮ ਕਰਨੇ ਉੱਥੇ ਜਾ ਕੇ ਕਰੋ। ਸਰਕਾਰ ਉੱਥੇ ਜਾਊਗੀ, ਲੋਕਾਂ ਨੂੰ ਖੱਜਲ ਖੁਆਰੀਆਂ ਨਹੀਂ ਹੋਣਗੀਆਂ ਕਚਹਿਰੀਆਂ 'ਚ। ਮੈਂ ਜਾਂਦਾ ਵੀ ਰਹਿਣਾ ਅਚਾਨਕ ਕਿਸੇ ਕਚਹਿਰੀ ਦਾ ਜਾਂ ਕਿਸੇ ਸਰਕਾਰੀ ਦਫ਼ਤਰ ਦਾ ਮੁਆਇਨਾ ਕਰਨ। ਇੱਕ ਮੈਂ ਵਧਾਈ ਦਿੰਦਾ, ਤਾੜੀਆਂ ਵੀ ਬਣਦੀਆਂ ਨੇ ਕਿ ਸਾਡੀ ਹਾਕੀ ਟੀਮ ਜਿਹਦੇ ਵਿੱਚ 10 ਪਲੇਅਰ 11 'ਚੋਂ 10 ਪਲੇਅਰ ਪੰਜਾਬੀ ਨੇ, ਔਰ ਉਹਨਾਂ ਨੇ ਬ੍ਰੌਂਜ਼ ਮੈਡਲ ਜਿੱਤ ਕੇ ਦੇਸ਼ ਦਾ ਨਾਮ ਰੋਸ਼ਨ ਕੀਤਾ, ਔਰ ਇਸੇ ਇਲਾਕੇ ਦੇ ਨੇ ਬਹੁਤੇ ਜ਼ਿਆਦਾ ਮੁੰਡੇ, ਹਰਮਨਪ੍ਰੀਤ ਹੋਰੀ ਜਾਂ ਮਨਦੀਪ ਜਾਂ ਗੁਰਜੰਟ ਸ਼ਮਸ਼ੇਰ, ਸੋ ਸਾਰੇ ਜਿਨ੍ਹਾਂ ਨੇ ਦੇਸ਼ ਦਾ ਨਾਮ ਰੋਸ਼ਨ ਕੀਤਾ। 19 ਖਿਡਾਰੀ ਗਏ ਸੀ, ਸਾਰਿਆਂ ਨੂੰ ਅਸੀਂ ਬੁਲਾ ਕੇ ਸਨਮਾਨਿਤ ਵੀ ਕਰਾਂਗੇ, ਅਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਵੱਡੇ ਵੱਡੇ ਨਾਮ
ਔਰ ਵੱਡੇ ਵੱਡੇ ਟੂਰਨਾਮੈਂਟ ਅਰੇਂਜ ਕੀਤੇ ਜਾ ਰਹੇ ਨੇ। 28 ਅਗਸਤ ਤੋਂ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਹੋਣਗੀਆਂ, ਸੰਗਰੂਰ ਤੋਂ ਓਪਨਿੰਗ ਹੋਊਗੀ ਅਤੇ ਉਹ ਚੱਲਣਗੀਆਂ, ਉਹਦੇ 'ਚ ਲੱਖਾਂ ਦੀ ਗਿਣਤੀ 'ਚ ਬੱਚੇ ਹਿੱਸਾ ਲੈਣਗੇ। ਖੇਡਾਂ ਵੱਲ ਉਹਨਾਂ ਦਾ ਰੁਝਾਨ ਹੋਊਗਾ, ਇਨਾਮ ਜਿੱਤਣਗੇ, ਅੱਗੇ ਜਾਣ ਦਾ, ਅੱਗੇ ਪੋਡੀਅਮ ਫਿਨਿਸ਼ ਦਾ ਸੁਪਨਾ ਪੂਰਾ ਹੋਊਗਾ। ਤਾਂ ਖੇਡਾਂ ਵਾਸਤੇ ਪੰਜਾਬ ਸਰਕਾਰ ਬਹੁਤ ਜ਼ਿਆਦਾ ਪੋਲਿਸੀ ਇਸ ਤਰ੍ਹਾਂ ਦੀ ਬਣਾਈ ਹੈ ਕਿ ਖੇਡਾਂ 'ਚ ਬੱਚਿਆਂ ਦਾ ਇੰਟਰਸਟ ਬਣੇ ਤਾਂ ਕਿ ਉਹ ਇੱਧਰੋਂ ਉੱਧਰੋਂ ਬੁਰੀ ਸੰਗਤ ਤੋਂ ਬਚਦੇ ਰਹਿਣ। ਹੁਣ ਆਈ ਹੈ ਨਸ਼ਿਆਂ ਦੀ ਗੱਲ। ਦੋਸਤੋ, ਇੱਕ ਐਸਾ ਕੋਡ ਲੱਗਿਆ ਸੀ, ਬਦਨਾਮੀ ਹੋਈ, ਪਰ ਪੰਜਾਬੀ ਜੇ ਧਾਰ ਲੈਣ ਕਿਸੇ ਕੰਮ ਨੂੰ, ਖਤਮ ਕਰਨਾ ਕਿਸੇ ਗੱਲ ਨੂੰ, ਕਿਸੇ ਕੋਈ ਮੱਥੇ 'ਤੇ ਲੱਗੇ ਦਾਗ ਨੂੰ ਧੋਣਾ ਤਾਂ ਪੰਜਾਬੀ ਜੇ ਇਹ ਧਾਰ ਲੈਣ ਕਿ ਧੋਣਾ ਤਾਂ ਧੋ ਕੇ ਹਟਦੇ ਆ। ਫਿਰ ਉਸੇ ਸਿਲਸਿਲੇ 'ਚ ਮੁਹਿੰਮ ਚੱਲ ਰਹੀ ਹੈ, ਜ਼ੀਰੋ ਟੋਲਰੈਂਸ ਪੋਲਿਸੀ ਅਸੀਂ ਡਰੱਗ ਦੇ ਅਗੇਂਸਟ ਬਣਾਈ ਹੈ। ਹੁਣ ਤੱਕ ਅਸੀਂ 14,381 ਸਮਗਲਰ ਜਿਹੜੇ ਨੇ ਜਾਂ ਸਪਲਾਇਰ ਨੇ ਉਹਨਾਂ ਦੀ ਗ੍ਰਿਫਤਾਰੀ ਕਰ ਚੁੱਕੇ ਹਾਂ। 10,394 NDPS ਦੀਆਂ FIR ਹੋ ਗਈਆਂ। 253 ਵੱਡੇ ਸਮਗਲਰ ਜਿਹੜੇ ਨੇ ਜਿਨ੍ਹਾਂ ਤੋਂ 2 ਕਿਲੋ ਹੀਰੋਇਨ ਫੜੀ ਹੈ, ਔਰ ਟੋਟਲ ਰਿਕਵਰੀ 1207 ਕਿਲੋਗ੍ਰਾਮ ਹੀਰੋਇਨ ਹੈ, 1012 ਕਿਲੋਗ੍ਰਾਮ OPM ਹੈ, 816 ਕਿਲੋਗ੍ਰਾਮ ਗਾਂਜਾ, 49.5 ਟਨ ਪੌਪੀ ਹਾਸਕ ਜਿਹਨੂੰ ਪੋਸਤ ਕਹਿ ਦਿੰਦੇ ਜਾਂ ਭੁੱਕੀ ਕਹਿ ਦਿੰਦੇ, 3.07 ਕਰੋੜ ਜਿਹੜੀਆਂ ਪਿਲਸ ਨੇ, ਜਿਹੜੀਆਂ ਗੋਲੀਆਂ ਨਸ਼ੇ ਵਾਲੀਆਂ ਉਹ ਫੜੀਆਂ ਨੇ, 75,029 ਇੰਜੈਕਸ਼ਨ, 16.34 ਕਰੋੜ ਰੁਪਈਏ ਦੀ ਡਰੱਗ ਮਨੀ ਇਹ ਫੜੀ ਹੈ। ਸਭ ਤੋਂ ਵੱਡੀ ਗੱਲ ਹੈ ਕਿ ਅਸੀਂ 379 ਡਰੱਗ ਜਿਹੜੇ ਸਮਗਲਰ ਸੀ ਉਹਨਾਂ ਦੀ 173 ਕਰੋੜ ਰੁਪਏ ਦੀ ਪ੍ਰੋਪਰਟੀ ਸੀਜ਼ ਕੀਤੀ ਹੈ। ਇਹ ਸਭ ਤੋਂ ਵੱਡੀ ਸੱਟ ਹੈ। ਜੇ ਤੁਸੀਂ ਕਿਸੇ ਦੇ ਪੁੱਤ ਨੂੰ ਨਸ਼ੇ 'ਤੇ ਲਾ ਕੇ ਪੈਸੇ ਕਮਾਉਂਦੇ ਹੋ, ਉਹ ਪੈਸੇ ਨਾਲ ਕੀ ਬਣਾਉਂਦੇ ਹੋ? ਘਰ ਬਣਾਉਂਦੇ ਹੋ? ਪਲਾਟ ਬਣਾਉਂਦੇ ਹੋ? ਸ਼ੋਰੂਮ ਬਣਾਉਂਦੇ ਹੋ? ਜਦੋਂ ਅਸੀਂ ਸ਼ੋਰੂਮ ਹੀ ਸਰਕਾਰ ਨੇ ਲੈ ਲਿਆ, ਫਿਰ ਕਾਹਦੇ ਵਾਸਤੇ ਬਣਾਉਂਦੇ ਹੋ? ਇਹ ਤਾਂ ਉਹਨਾਂ ਨੂੰ ਪਤਾ ਲੱਗੇ ਨਾ ਕਿ ਯਾਰ ਕਾਹਦੇ ਵਾਸਤੇ ਕਾਲੀ ਕਮਾਈ ਕਰਾਂਗੇ, ਸਰਕਾਰ ਨੇ ਲੈ ਲੈਣੀ ਹੈ। ਸੋ ਨਾਲ ਦੀ ਨਾਲ ਅਸੀਂ ਪ੍ਰੋਪਰਟੀ ਸੀਜ਼ ਕਰਦੇ ਹਾਂ ਹੁਣ। ਸੋ ਇਸ ਕਰਕੇ ਸਾਡਾ 83% ਕਨਵੈਨਸ਼ਨ ਰੇਟ ਹੋ ਗਿਆ NDPC ਐਕਟ ਕੇਸਾਂ ਦਾ, 83% ਹਾਈਐਸਟ ਇਨ 5 ਈਅਰਸ। ਕੇਸ ਤਾਂ ਦਰਜ ਹੋ ਜਾਂਦਾ ਪਰ ਕਈ ਵਾਰੀ ਅੱਗੇ ਨਹੀਂ ਜਾਂਦਾ ਕੇਸ। ਅਸੀਂ ਵੱਡੇ ਵੱਡੇ ਵਕੀਲ ਇਸ ਗੱਲ 'ਤੇ ਲਾਏ ਹੋਏ ਨੇ, ਪਿੰਡਾਂ 'ਚੋਂ ਬਹੁਤ ਸਹਿਯੋਗ ਮਿਲ ਰਿਹਾ ਕਿ ਅਸੀਂ ਖਤਮ ਕਰਨਾ, ਕਿਉਂਕਿ ਇੱਕ ਮੁਹਿੰਮ ਬਣਾਉਣੀ ਪਊਗੀ। ਬੱਚਿਆਂ ਨੂੰ ਖੇਡਾਂ ਵੱਲ ਲਾਈਏ, ਬੱਚਿਆਂ ਨੂੰ ਨੌਕਰੀਆਂ ਦੇਈਏ। ਕੱਲ੍ਹ ਮੈਂ 417 ਨੌਕਰੀਆਂ ਦਿੱਤੀਆਂ, ਉਹਨੂੰ ਮਿਲਾ ਕੇ 44,666 ਹੋ ਗਈਆਂ ਸਰਕਾਰੀ ਨੌਕਰੀਆਂ। ਔਰ ਘਰ ਬੈਠਿਆਂ ਨੂੰ ਚਿੱਠੀ ਆਈ ਹੈ, ਔਰ ਕੋਈ ਕਹਿੰਦਾ ਸੀ ਮੈਂ ਆਈਲੈਟਸ ਕਰ ਰੱਖੀ ਹੈ, ਮੈਂ ਬਾਹਰ ਜਾਣਾ ਸੀ ਪਰ ਚਿੱਠੀ ਆ ਗਈ, ਮੈਂ ਹੁਣ ਜਾਂਦਾ ਨਹੀਂ ਕੈਨੇਡਾ। ਮੈਂ ਇਹੀ ਕਹਿਣਾ ਨੌਜਵਾਨਾਂ ਨੂੰ, ਮੁੰਡੇ ਕੁੜੀਆਂ ਨੂੰ, ਕਿ ਪੜ੍ਹ ਲਓ, ਮਿਹਨਤ ਕਰ ਲਓ, ਕੰਪੀਟੀਸ਼ਨ ਐਗਜ਼ਾਮ ਦੀ ਤਿਆਰੀ ਕਰ ਲਓ। ਬਿਲਕੁਲ ਕੋਈ ਰੁਪਈਏ ਦੀ ਚਿੰਤਾ ਨਹੀਂ ਕਰਨੀ ਕਿ ਸਾਡੇ ਕੋਲ ਰਿਸ਼ਵਤ ਦੇਣ ਨੂੰ ਪੈਸੇ ਨਹੀਂ, ਰਿਸ਼ਵਤ ਚੱਲਣੀ ਨਹੀਂ, ਨਾ ਇਹ ਚਿੰਤਾ ਕਰਨੀ ਹੈ ਸਾਨੂੰ ਕੋਈ ਮੰਤਰੀ ਨਹੀਂ ਜਾਣਦਾ ਜਾਂ ਵੱਡਾ ਬੰਦਾ ਨਹੀਂ ਜਾਣਦਾ, ਉਹਦੀ ਵੀ ਸਿਫਾਰਿਸ਼ ਚੱਲਣੀ ਨਹੀਂ। ਤੁਹਾਡੇ ਨੰਬਰ ਜੇ ਆ ਗਏ ਤੁਹਾਨੂੰ ਘਰੋਂ ਘਰੇ ਚਿੱਠੀ ਆਊ
ਕਿ ਆਹ ਕੁਰਸੀ ਤੁਹਾਡਾ ਇੰਤਜ਼ਾਰ ਕਰ ਰਹੀ ਹੈ। ਇਹੀ ਸੁਪਨੇ ਜਿਹੜੇ ਸ਼ਹੀਦਾਂ ਦੇ ਸੀ ਕਿ ਨੌਜਵਾਨਾਂ ਨੂੰ ਕੰਮ ਕਾਰ ਮਿਲੇ। ਕਿਉਂ ਛੱਡੀਏ ਧਰਤੀ ਅਸੀਂ ਆਪਣੀ? ਸ਼ਹੀਦ ਆਜ਼ਮ ਦੀ ਧਰਤੀ ਹੈ, ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਧਰਤੀ ਹੈ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ ਹੈ। ਕੋਈ ਪਿੰਡ ਇਹੋ ਜਿਹਾ ਨਹੀਂ ਹੋਣਾ ਜਿੱਥੇ ਕੋਈ ਕਾਰਗਿਲ ਦੇ ਸ਼ਹੀਦ ਦਾ ਗੇਟ ਨਾ ਹੋਵੇ, ਜਾਂ ਆਜ਼ਾਦੀ ਦੇ ਸ਼ਹੀਦ ਦਾ ਗੇਟ ਨਾ ਹੋਵੇ, ਜਾਂ ਬੱਬਰ ਲਹਿਰ ਦਾ, ਜਾਂ ਗਦਰੀ ਬਾਬਿਆਂ ਦੀ ਸੰਘਰਸ਼ ਦਾ ਕੋਈ ਗੇਟ ਨਾ ਬਣਿਆ ਹੋਵੇ, ਜਾਂ ਯਾਦਗਾਰ ਨਾ ਬਣੀ ਹੋਵੇ, ਜਾਂ ਬੁੱਤ ਨਾ ਲੱਗਿਆ ਹੋਵੇ। ਇੰਨੀ ਕੁਰਬਾਨੀਆਂ ਵਾਲੀ ਧਰਤੀ ਤੁਹਾਨੂੰ ਮਿਲਣੀ ਹੋਈ ਨਹੀਂ ਕਿਤੇ। ਮੈਂ ਪੂਰੀ ਦੁਨੀਆ ਘੁੰਮੀ ਹੋਈ ਹੈ, ਨਿਊਜ਼ੀਲੈਂਡ ਤੋਂ ਲੈ ਕੇ ਕੈਲੀਫੋਰਨੀਆ ਦੇ ਵੈਸਟ ਕੋਸਟ ਤੱਕ, ਕਿਤੇ ਇੰਨੀ ਵਧੀਆ ਧਰਤੀ ਹੈ ਨਹੀਂ। ਆਪਾਂ ਕਿਉਂ ਛੱਡ ਕੇ ਜਾ ਰਹੇ ਹਾਂ? ਕਿਉਂਕਿ ਸਿਸਟਮ ਖਰਾਬ ਸੀ। ਆਪਾਂ ਸਿਸਟਮ ਠੀਕ ਕਰਦੇ ਹਾਂ, ਆਓ ਮਿਲ ਕੇ ਸਿਸਟਮ ਠੀਕ ਕਰੀਏ, ਅਤੇ ਆਪਾਂ ਇਸੇ ਧਰਤੀ 'ਤੇ ਗਿੱਧੇ ਭੰਗੜੇ ਦੁਬਾਰੇ ਵਾਪਸ ਲੈ ਕੇ ਆਈਏ, ਇਸੇ ਧਰਤੀ 'ਤੇ ਖੁਸ਼ੀਆਂ ਆਉਣ, ਰੰਗਲਾ ਪੰਜਾਬ ਬਣਾਈਏ, ਸੜਕ ਸੁਰੱਖਿਆ ਫੋਰਸ ਬਣਾਈਏ। ਇੱਕ ਨਵੀਂ, ਪਹਿਲੀ ਵਾਰ ਹੋਇਆ ਪੰਜਾਬ ਪਹਿਲਾ ਸੂਬਾ ਜਿਹਦੇ ਕੋਲ ਆਪਦੀ ਪੁਲਿਸ ਹੈ ਸੜਕਾਂ ਵਾਲੀ। ਤੁਸੀਂ ਦੇਖਿਆ ਹੋਣਾ 116 ਟੋਇਟਾ ਹੀਲਿਕਸ ਗੱਡੀਆਂ ਦਿੱਤੀਆਂ ਨੇ, ਜਿਹੜੀਆਂ ਦੇਸ਼ ਦੇ ਵਿੱਚ ਕਿਸੇ ਪੁਲਿਸ ਕੋਲ ਗੱਡੀਆਂ ਨਹੀਂ ਹੈਗੀਆਂ ਇਹੋ ਜਿਹੀਆਂ। ਉਹਨਾਂ ਕੋਲ ਗੈਸ ਕਟਰ ਨੇ, ਉਹਨਾਂ ਕੋਲ ਆਰੀ ਦੇ ਬਲੇਡ ਨੇ, ਸਟੈਚਰ ਹੈ, ਫਸਟ ਏਡ ਦਾ ਸਮਾਨ ਹੈ। ਰੱਬ ਨਾ ਕਰੇ ਕੋਈ ਐਕਸੀਡੈਂਟ ਹੁੰਦਾ, ਉਹ ਇਮੀਡੀਏਟਲੀ ਪਹੁੰਚ ਜਾਂਦੇ ਨੇ। ਅਤੇ ਉਹਨਾਂ ਨੇ ਪਿਛਲੇ ਸਾਲ ਦੇ ਮੁਕਾਬਲੇ ਡਾਟਾ ਮੰਗਾਇਆ, ਮੈਂ 1 ਫਰਵਰੀ ਨੂੰ ਲਾਂਚ ਕੀਤੀ ਸੀ ਸੜਕ ਸੁਰੱਖਿਆ ਫੋਰਸ, 1 ਫਰਵਰੀ ਤੋਂ ਅੱਜ 15 ਅਗਸਤ ਹੋ ਗਈ, 1 ਫਰਵਰੀ ਤੋਂ 15 ਅਗਸਤ ਤੱਕ ਘੱਟੋ ਘੱਟ 1300 ਤੋਂ 1400 ਦੇ ਵਿੱਚ ਜਾਨਾਂ ਬਚਾਤੀਆਂ ਉਹਨਾਂ ਨੇ, ਜਿਹੜੇ ਪਿਛਲੇ ਸਾਲ ਇੰਨੇ ਮਰੇ ਸੀ, ਇਸ ਸਾਲ ਉਹਨਾਂ ਦੀਆਂ ਜਾਨਾਂ ਬਚ ਗਈਆਂ। ਕਿਉਂਕਿ ਟਾਈਮ 'ਤੇ ਪਹੁੰਚ ਗਏ, ਟਾਈਮ 'ਤੇ ਜਾ ਕੇ ਪੱਟੀ ਹੋ ਗਈ, ਲਹੂ ਖੂਨ ਬੰਦ ਹੋ ਗਿਆ, ਹਸਪਤਾਲ 'ਚ ਪਹੁੰਚਾ ਤੇ। ਅਤੇ ਨਾਲ ਨਾਲ 80 ਤੋਂ 90 ਲੱਖ ਦੇ ਕਰੀਬ ਕੈਸ਼ ਜਾਂ ਜੇਵਰਾਤ ਜਿਹੜੇ ਗੱਡੀ 'ਚ ਰਹਿ ਜਾਂਦੇ ਐਕਸੀਡੈਂਟ ਵੇਲੇ, ਉਹ ਵੀ ਉਹਨਾਂ ਦੇ ਘਰਾਂ 'ਚ ਜਾ ਕੇ ਦੇ ਕੇ ਆਏ ਨੇ। ਕਿਉਂਕਿ ਉਸ ਵੇਲੇ ਤਾਂ ਜਾਨ ਬਚਾਉਣ ਦੀ ਚਿੰਤਾ ਹੀ ਹੁੰਦੀ ਹੈ ਬਸ, ਉਸ ਵੇਲੇ ਕੌਣ ਦੇਖਦਾ ਮੇਰਾ ਪਰਸ ਗੱਡੀ 'ਚ ਪਿਆ ਜਾਂ ਮੇਰੇ ਗਹਿਣੇ ਪਏ ਨੇ। ਤਾਂ ਪੁਲਿਸ ਜਿਹੜੀ ਹੈ, SSF ਹੈ ਜਿਹੜੀ, ਸ਼ਾਨਦਾਰ ਕੰਮ ਕਰ ਰਹੀ ਹੈ। ਮੈਂ SSF ਨੂੰ, ਕਿਉਂਕਿ PAP ਦੇ ਹੀ ਮੁੰਡੇ ਕੁੜੀਆਂ ਲਏ ਨੇ, ਬਹੁਤ ਸ਼ਾਨਦਾਰ, ਮੈਂ ਕਈ ਵਾਰੀ ਖੜ੍ਹ ਵੀ ਜਾਂਦਾ ਉਹਨਾਂ ਕੋਲ ਰਾਤ ਬਰਾਤੇ, ਜਾਂਦਾ ਹੁੰਦਾ, ਬਿਲਕੁਲ ਮੁਸਤੈਦ ਨੇ, ਔਰ ਉਹਨਾਂ ਨੇ ਕਮਾਲ ਕੀਤੀ ਹੈ। ਸੋ SSF ਇੱਕ ਕਾਮਯਾਬ ਚੱਲ ਰਹੀ ਹੈ। ਔਰ ਮੈਨੂੰ ਹੁਣ ਦੂਜੇ ਸੂਬਿਆਂ ਦੇ ਮੁੱਖ ਮੰਤਰੀ ਪੁੱਛ ਰਹੇ ਨੇ, ਇਹਨਾਂ ਟ੍ਰੇਨਿੰਗ ਕਿੱਥੋਂ ਕਰਾਈ ਸੀ, ਇਹ ਕਿਵੇਂ ਕਰਦੇ ਹੁੰਦੇ ਹੋ, ਸਾਨੂੰ ਦੱਸ ਦਿਓ। ਅਸੀਂ ਕਿਹਾ ਜੀ ਇਹ ਸਾਡਾ ਕਾਪੀਰਾਈਟ ਹੈ, ਹੁਣ ਤੁਸੀਂ ਸਾਡੇ ਕੋਲ ਆਓ, ਅਸੀਂ ਤੁਹਾਨੂੰ ਟ੍ਰੇਨਿੰਗ ਦੇਵਾਂਗੇ, ਅਸੀਂ ਤੁਹਾਨੂੰ ਦੱਸਾਂਗੇ ਕਿ ਗੱਡੀ ਕਿੱਥੇ ਕਿਹੜੀ ਗੱਡੀ ਵਰਤਣੀ ਹੈ, ਉਹ 'ਚ ਗੱਡੀ 'ਚ ਕਿਹੜੇ ਕੈਮਰੇ ਲਾਉਣੇ ਹੈ। ਪਰ ਹਾਂ, ਉਹਦੇ ਵਾਸਤੇ ਬਦਲੇ ਅਸੀਂ ਪੈਸੇ ਲਵਾਂਗੇ ਟ੍ਰੇਨਿੰਗ ਦੇਣ ਦੇ ਬਦਲੇ, ਕਿਉਂਕਿ ਪੰਜਾਬੀ ਹਾਂ ਅਸੀਂ, ਅਸੀਂ ਹੁਣ ਮੁਫਤ ਨਹੀਂ ਦੇਣੀ ਕੋਈ ਚੀਜ਼। ਬਹੁਤ ਚਿਰ ਹੋ ਗਿਆ ਅਸੀਂ ਮੁਫਤ ਦੇ ਵਿੱਚ ਚਾਵਲ ਦਿੰਦੇ ਰਹੇ, ਚਾਵਲ ਕਾਹਦਾ, ਪਾਣੀ ਉਹ ਦਿੰਦੇ ਰਹੇ, ਅਤੇ ਹੁਣ ਅਸੀਂ ਪ੍ਰੋਫੈਸ਼ਨਲ ਹੋ ਗਏ ਹਾਂ। ਅਸੀਂ ਆਪਣੇ ਸੂਬੇ ਨੂੰ ਨੰਬਰ 1 ਸੂਬਾ ਬਣਾਉਣਾ। ਭਾਰਤ ਨੰਬਰ ਦੇਸ਼ ਜਿਹੜਾ ਤਾਂ ਬਣੂਗਾ ਜੇ ਨੰਬਰ 1 ਸੂਬਾ ਪੰਜਾਬ ਬਣੂਗਾ। ਸੋ ਅੱਜ ਇੱਕ ਹੋਰ, ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੋਊਗਾ ਜਿਹੜੀ ਗੱਲ ਹੁਣ ਮੈਂ ਕਹਿਣ ਲੱਗਿਆਂ, ਕਿ ਅੱਜ ਦੇ ਦਿਨ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੇ ਚਾਚਾ ਜੀ ਸ਼ਹੀਦ ਅਜੀਤ ਸਿੰਘ, ਉਹਨਾਂ ਦੀ ਵੀ ਡੈਥ ਐਨਵਰਸਰੀ ਹੈ। ਤੁਸੀਂ ਦੇਖੋ, ਜਲਾਵਤਨੀ ਕੱਟੀ, ਪਗੜੀ ਸੰਭਾਲ, ਜੱਟਾਂ ਦੇ ਬਾਨੀ ਸੀ ਉਹ, ਦੇਸ਼ ਨਿਕਾਲਾ ਮਿਲ ਗਿਆ, ਜਰਮਨੀ 'ਚ ਰਹੇ। ਭਗਤ ਸਿੰਘ ਨੂੰ ਚਿਣਗ ਵੀ ਆਪਣੇ ਚਾਚੇ ਤੋਂ ਹੀ ਲੱਗੀ ਸੀ, ਜਦੋਂ ਦਮੂਕਾਂ ਬੀਜਣ ਦੀ ਗੱਲ ਕਰਦਾ ਸੀ। ਦੇਸ਼ 'ਚ ਆ ਗਏ, ਦਲਹੌਜੀ ਸੀ,
ਜਦੋਂ 15 ਅਗਸਤ ਹੋਈ, ਅੱਜ ਦਾ ਦਿਨ ਆਇਆ, ਅੱਜ ਦੇ ਦਿਨ ਉਹਨਾਂ ਦੀ ਮੌਤ ਹੋ ਗਈ, ਔਰ ਜਾਂਦੇ ਹੋਏ ਦੇ ਲਫ਼ਜ਼ ਸੀ ਚਲੋ ਸ਼ੁਕਰ ਹੈ ਆਖਰੀ ਸਾਹ ਜਿਹੜੇ ਨੇ ਉਹ ਆਜ਼ਾਦੀ 'ਚ ਲੈ ਕੇ ਚੱਲੇ ਹਾਂ, ਆਖਰੀ ਸਾਹ ਆਜ਼ਾਦੀ 'ਚ ਲਿਆ। ਇਹੋ ਜਿਹੇ ਸਾਡੇ ਕੋਲ ਸ਼ਹੀਦ, ਇਹੋ ਜਿਹੇ ਪਰਵਾਨੇ ਪਏ ਆ। ਸੋ ਮੈਂ, ਤੁਸੀਂ ਬਹੁਤ ਚਿਰ ਦੇ ਬੈਠੇ ਹੋ, ਪਰਫੋਰਮ ਵੀ ਕਰਨਾ, ਮੁੰਡੇ ਪਰੇਡ ਵਾਲੇ ਖੜ੍ਹੇ ਨੇ ਕਾਫੀ ਦੇਰ ਤੋਂ, ਮੈਂ ਇੰਨਾ ਹੀ ਕਹੂੰਗਾ ਅੱਜ ਦੇ ਦਿਨ 'ਤੇ ਕਿ ਇਕੱਠੇ ਰਹਿਣਾ, ਔਰ ਪੰਜਾਬ ਜਿਹੜਾ ਉਹਦੀ ਧਰਤੀ ਇੰਨੀ ਚਰਖੇਜ ਹੈ, ਜੋ ਮਰਜ਼ੀ ਬੀਜ ਸੁੱਟ ਦਿਓ ਉੱਗ ਜੂਗਾ, ਜੋ ਮਰਜ਼ੀ ਬੀਜ ਦਿਓ ਉੱਗ ਜੂਗਾ, ਪਰ ਇੱਕ ਨਫ਼ਰਤ ਦਾ ਬੀਜ ਪੰਜਾਬ ਦੀ ਧਰਤੀ 'ਤੇ ਉੱਗ ਨਹੀਂ ਸਕਦਾ। ਇਸ ਗੱਲ ਦੀ ਮੈਂ ਸਾਰੀ ਦੁਨੀਆ ਨੂੰ ਜਿਹੜੀ ਹੈ ਉਹ ਜਾਣਕਾਰੀ ਦੇਣੀ ਚਾਹੁੰਦਾ ਕਿ ਸਾਡੀ ਸੋਸ਼ਲ ਬੌਂਡਿੰਗ ਨੂੰ ਤੋੜਨ ਦੀ ਕੋਸ਼ਿਸ਼ ਨਾ ਕਰਿਓ ਕਦੇ ਕਿ ਅਸੀਂ ਇਹਨੂੰ ਇਧਰਲੇ ਸਮਾਜ ਨੂੰ ਇਧਰਲੇ ਸਮਾਜ ਨਾਲ ਲੜਾ ਦਾਂਗੇ। ਸਾਡੀਆਂ ਈਦਾਂ, ਸਾਡੀਆਂ ਸ਼ਬਰੀਦਾਂ, ਸਾਡੀਆਂ ਰਾਮਨੌਮੀਆਂ, ਸਾਡੇ ਗੁਰਪੁਰਬ, ਸਾਡੀਆਂ ਕ੍ਰਿਸਮਸਾਂ, ਸਾਡੀਆਂ ਹਨੂਮਾਨ ਜੈਂਤੀਆਂ ਸਭ ਸਾਂਝੀਆਂ ਨੇ। ਸਾਨੂੰ ਰਾਮਨੌਮੀ ਵੇਲੇ ਜਾਂ ਗੁਰਪੁਰਬ ਵੇਲੇ ਕਰਫੂ ਲਾਉਣ ਦੀ ਲੋੜ ਨਹੀਂ ਪੈਂਦੀ, ਸਾਡੇ ਤਾਂ ਇੱਥੇ ਸਾਰੇ ਬੰਦੇ ਇਕੱਠੇ ਇੱਕ ਦੂਜੇ ਦਾ ਸਾਥ ਦੇ ਕੇ ਇੱਕ ਦੂਜੇ ਤਿਉਹਾਰਾਂ ਦੇ ਵਿੱਚ ਜਾ ਕੇ ਅਸੀਂ ਖੁਸ਼ੀ ਮਹਿਸੂਸ ਕਰਦੇ ਹਾਂ। ਸੋ ਆਓ ਇਕੱਠੇ ਰਹੀਏ, ਏਕਾ ਰੱਖੀਏ। ਸ਼ਹੀਦਾਂ ਦਾ ਇਹੀ ਸੁਪਨਾ ਸੀ। ਦੇਖੋ ਭਗਤ ਸਿੰਘ ਜੀ ਇੱਥੋਂ ਸੀ, ਅਸ਼ਫਾਕ ਉੱਲਾ ਯੂਪੀ ਤੋਂ ਸੀ, ਸੁਭਾਸ਼ ਚੰਦਰ ਬੋਸ ਬੰਗਾਲ ਤੋਂ ਸੀ, ਚੰਦਰ ਸ਼ੇਖਰ ਆਜ਼ਾਦ ਯੂਪੀ ਤੋਂ ਸੀ, ਕਿੰਨੇ ਸ਼ਹੀਦ ਸੀ, ਰਾਜਗੁਰੂ ਪੂਨੇ ਤੋਂ ਸੀ, ਸਾਰਾ ਦੇਸ਼ ਹੀ ਤਾਂ ਲੜ ਰਿਹਾ ਸੀ। ਹੁਣ ਆਪਾਂ ਇਹ ਨਾ ਵੰਡੀਏ ਕਿ ਭਗਤ ਸਿੰਘ ਸਾਡਾ ਸੀ, ਚੰਦਰ ਸ਼ੇਖਰ ਆਜ਼ਾਦ ਉਹਨਾਂ ਦਾ ਸੀ, ਨਾ ਉਹ ਸਾਰੇ ਮੁਲਕ ਦੇ ਹੀ ਸੀ। ਸੋ ਉਹਨਾਂ ਨੇ ਤਾਂ ਇਹੀ ਲਿਖਿਆ ਸੀ ਸ਼ਹੀਦ ਆਜ਼ਮ ਭਗਤ ਸਿੰਘ ਨੇ ਕਿ ਇਸ ਕਦਰ ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ। ਇੰਨਾ ਦੇਸ਼ ਭਗਤੀ 'ਚ, ਇੰਨਾ ਕੰਟਰੀ ਨੂੰ ਆਜ਼ਾਦ ਕਰਾਉਣ ਵਾਸਤੇ ਇਨਕਲਾਬ ਦੇ ਵਿੱਚ ਡੁੱਬ ਗਏ ਸੀਗੇ ਕਿ ਭਗਤ ਸਿੰਘ ਨੇ ਇਹ ਸ਼ੇਰ ਲਿਖਿਆ ਕਿ ਇਸ ਕਦਰ ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ ਕਿ ਇਸ਼ਕ ਵੀ ਲਿਖਣਾ ਚਾਹਤਾ ਹੂੰ ਤੋ ਇਨਕਲਾਬ ਲਿਖਾ ਜਾਤਾ ਹੈ। ਸੋ ਇਹ ਬਹੁਤ ਵੱਡੇ ਲੋਕਾਂ ਦੀਆਂ ਗੱਲਾਂ ਨੇ। ਆਪਾਂ ਨੂੰ ਉਹਨਾਂ ਦੇ ਥੋੜ੍ਹਾ ਥੋੜ੍ਹਾ ਵੀ ਚੱਲ ਜਾਈਏ ਉਹਨਾਂ ਦੇ ਪਾਏ ਹੋਏ ਪੂਰਨਿਆਂ 'ਤੇ, ਤਾਂ ਸ਼ਾਇਦ ਆਪਣਾ ਮੁਲਕ ਜਿਹੜਾ ਉਹ ਨੰਬਰ 1 ਬਣ ਜੂਗਾ, ਦੇਸ਼ ਪੰਜਾਬ ਰੰਗਲਾ ਬਣ ਜੂਗਾ। ਸ਼੍ਰੀ ਗੁਰੂ ਨਾਨਕ ਸਾਹਿਬ ਨੇ ਅੱਜ ਤੋਂ ਕਿੰਨੇ ਸੌ ਸਾਲ ਪਹਿਲਾਂ ਲਿਖਤਾ ਸੀ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਸੋ ਅਸੀਂ ਪਵਨ ਜਿਹੜੀ ਹੈ ਹਵਾ ਨੂੰ ਗੁਰੂ ਦਾ ਦਰਜਾ, ਪਾਣੀ ਨੂੰ ਪਿਤਾ ਦਰਜਾ, ਧਰਤੀ ਨੂੰ ਮਾਤਾ ਦਰਜਾ, ਕਿ ਤਿੰਨੇ ਬਚਾ ਲਓ। ਆਪਾਂ ਨੂੰ ਇਹ ਤਿੰਨੇ ਬਚਾਉਣੇ ਪੈਣਗੇ। ਅੱਜ ਇਹ ਅਹਿਦ ਲੈਣਾ ਪਊਗਾ ਆਪਾਂ ਨੂੰ ਕਿ ਆਪਾਂ ਤਿੰਨਾਂ ਨੂੰ ਬਚਾਉਣਾ ਵੀ ਹੈ, ਔਰ ਤਿੰਨਾਂ ਨੂੰ ਬਚਾ ਕੇ ਔਰ ਦੱਸਣਾ ਵੀ ਪਊਗਾ ਦੁਨੀਆ ਨੂੰ ਕਿ ਅਸੀਂ ਆਪਣੇ ਗੁਰੂਆਂ ਦੇ, ਆਪਣੇ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ 'ਤੇ ਚੱਲ ਰਹੇ ਹਾਂ, ਅਤੇ ਜੋ ਸੁਪਨੇ ਸ਼ਹੀਦਾਂ ਨੇ ਲਏ ਸੀ ਉਹ ਆਜ਼ਾਦੀ ਨੂੰ ਅਸੀਂ ਘਰ ਘਰ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਲੋਕ ਭਲਾਈ ਦੀਆਂ ਸਕੀਮਾਂ ਲਾਗੂ ਹੋਣਗੀਆਂ। ਜੇ ਮੈਂ ਪੜ੍ਹਨ ਲੱਗ ਜਾਂ ਬਹੁਤ ਲੰਬਾ ਹੋ ਜੂਗਾ, ਪਰ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਪਤਾ ਲੱਗ ਜੂਗਾ। ਬਹੁਤ ਸਾਰੇ ਮੁੰਡੇ ਕੁੜੀਆਂ ਨੂੰ ਭਰਤੀ ਕਰ ਰਹੇ ਹਾਂ, ਔਰ ਨਾਲ ਨਾਲ ਨਵੀਆਂ ਭਰਤੀਆਂ ਕ੍ਰੀਏਟ ਕਰ ਰਹੇ ਹਾਂ ਪੁਲਿਸ ਦੇ ਵਿੱਚ। ਤੁਸੀਂ ਹੈਰਾਨ ਹੋ ਜਾਓਗੇ, 2001 ਦੇ ਵਿੱਚ ਵੀ 80,000 ਸੀ ਪੁਲਿਸ, 2024 'ਚ ਵੀ 80,000 ਹੀ ਹੈ। ਕਿੰਨੀ ਪਾਪੂਲੇਸ਼ਨ ਵੱਧ ਗਈ, ਕ੍ਰਾਈਮ ਵੱਧ ਗਿਆ, ਤਾਂ ਪੁਲਿਸ ਦੀ ਨਫ਼ਰੀ ਨਹੀਂ ਵਧੀ। ਤੋ ਅਸੀਂ ਹੁਣ ਨਵਾਂ ਵਿਧਾਨ ਸਭਾ ਦੇ ਵਿੱਚ ਲੈ ਕੇ ਆਉਣਾ, ਹੁਣ ਆਉਣ ਵਾਲੀ ਮੌਨਸੂਨ ਸੈਸ਼ਨ 'ਚ 10,000 ਨਵੀਆਂ ਪੋਸਟਾਂ ਕ੍ਰੀਏਟ ਕਰ ਰਹੇ ਹਾਂ ਪੰਜਾਬ ਪੁਲਿਸ ਦੇ ਵਿੱਚ, ਔਰ ਇਹਨੂੰ ਮੈਂ ਹੁਣ 90,000 ਤੇ ਲੈ ਗਿਆ। ਇਹ ਮੇਰਾ ਸੁਪਨਾ, ਮੈਂ 1,25,000 ਤੇ ਲੈ ਕੇ ਜਾਣਾ ਹੌਲੀ ਹੌਲੀ, ਤਾਂ ਕਿ ਸਾਡੇ ਮੁੰਡੇ ਕੁੜੀਆਂ ਨੂੰ ਕੰਮ ਮਿਲੇ, ਲਾਅ ਐਂਡ ਆਰਡਰ ਠੀਕ ਰਹੇ, ਅਤੇ ਸਾਨੂੰ ਜਿਹੜਾ ਉਹ ਜੀਵਨ ਪੱਧਰ ਸਾਡਾ ਉੱਚਾ ਚੱਕਣ, ਸਾਨੂੰ ਕੋਈ
ਇੰਡਸਟਰੀ ਹੈ ਜਾਂ ਕੋਈ ਹੋਰ ਹੈ, ਆਵੇ ਇੱਥੇ ਉਹਨਾਂ ਨੂੰ ਵੀ ਪਤਾ ਲੱਗੇ ਕਿ ਰੰਗਲਾ ਪੰਜਾਬ ਹੈ, ਸੁਰੰਗਲੇ ਪੰਜਾਬ ਨੂੰ ਬਣਾਉਣ ਵਾਸਤੇ ਸਾਥ ਦਿਓ। ਅੱਜ ਵੀ ਮੈਂ ਹੁਣ ਰੰਗਲੇ ਪੰਜਾਬ ਦੀ ਝਲਕ ਦੇਖੂੰਗਾ, ਇਸ ਤੋਂ ਬਾਅਦ ਗਿੱਧਾ ਭੰਗੜਾ ਉਹ ਗੱਤਕੇ ਵਾਲੀ ਟੀਮ ਬੈਠੀ ਹੈ ਅਤੇ ਨਾਲ ਗਿੱਧੇ ਵਾਲੀਆਂ ਕੁੜੀਆਂ ਬੈਠੀਆਂ, ਭੰਗੜੇ ਵਾਲੇ ਮੁੰਡੇ ਬੈਠੇ ਆ, ਬੱਚੇ ਰੰਗ ਬਿਰੰਗੀਆਂ ਤਿੱਤਲੀਆਂ ਬਣ ਬਣ ਕੇ ਬੈਠੇ ਨੇ, ਬੜੇ ਸੋਹਣੇ ਲੱਗ ਰਹੇ ਨੇ। ਸੋ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਆਜ਼ਾਦੀ ਦਿਵਸ ਦੀਆਂ, ਔਰ ਦੇਸ਼ ਜਿਹੜਾ ਉਹ ਤਰੱਕੀ ਕਰੇ ਇਹੀ ਕਾਮਨਾ ਕਰਦਾ ਹੋਇਆ ਮੈਂ ਤੁਹਾਡੇ ਤੋਂ ਵਿਦਾ ਲੈਣਾ। ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ, ਜੈ ਹਿੰਦ।